नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो करें। मैं रोबिन सिंह, मेरा पिंड गंजा जी, मैं इंद्रपाल बीके की चरूनी नाल संपर्क। कल उन्होंने यूनियन के बंदे भी इतने आए ही, पर अज उन्होंने थोड़ा काम आ, वो इस करके अपना काम कर गए। की सेवा की है भाजी? कल तो इतने रोज़ अपने गंजे के नौजवानों के नाल लग के भाजी उधर बन बनया जा रहा, क्योंकि वह पानी चढ़ जाता छिड़क से, फिर संगत को लंघिया नहीं जाता। बाबा श्री चंद का जन्म दिहाड़ा परसों। सर रिपेयर भी कोई की जा रही? हाँ जी, मतलब मिट्टी मुट्टी पा रहे? हाँ जी भाजी, अपनी ट्राली ट्रैक्टर लाया अपना नाल, इटा लिया के भाजी उस सुट के उत्ते मिट्टी पा रहे हैं। ਕਿਹੜਾ ਰੋਡ ਕਿਹੜਾ ਪਿੰਡ ਹੈ ਭਾਜੀ? ਇਹ ਰੋਡ ਗੁਰਦਾਸਪੁਰ ਤੋਂ ਦਰੰਗਲਾ ਰੋਡ ਆ, ਪਿੰਡ ਸੱਦੇ ਦੇ ਕੋਲ ਪੁਲੀ ਦਾ ਕੰਮ ਚੱਲ ਰਿਹਾ, ਅਤੇ 3-4 ਮਹੀਨੇ ਤੋਂ ਕੰਮ ਚੱਲਦਾ ਪਿਆ ਵਾ, ਪਰ ਭਾਜੀ ਕੋਈ ਗੱਲ ਨਹੀਂ ਬਣੀ ਇਸ ਪੁਲੀ ਦੀ। ਸੇਵਾ ਕਰਦੇ ਕਿੰਨੇ ਦਿਨ ਹੋਏ? ਭਾਜੀ ਸਾਨੂੰ ਕੱਲ੍ਹ ਤੋਂ ਸੇਵਾ ਕਰਦੇ ਪਏ ਆਪਾਂ, ਕੱਲ੍ਹ ਸਵੇਰ ਦੇ ਲੱਗੇ ਹਾਂ। ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਜਨਮ ਦਿਹਾੜਾ ਉਹਦੇ ਕਰਕੇ? ਹਾਂਜੀ ਹਾਂਜੀ ਭਾਜੀ, ਸੰਗਤ ਨੂੰ ਕੋਈ ਦਿੱਕਤ ਨਾ ਆਏ, ਨਾਲੇ ਸਕੂਲ ਦੀਆਂ ਭਾਜੀ ਬੱਸਾਂ ਲੰਘਦੀਆਂ ਇੱਧਰ ਨੂੰ। ਕਿੰਨੇ ਕੁ ਨੌਜਵਾਨ ਜਿਹੜੇ ਸੇਵਾ 'ਚ ਲੱਗੇ ਹੋਏ ਆ ਭਾਜੀ? ਕੱਲ੍ਹ ਆਪਾਂ ਸਹੀ 15-20 ਜਾਣੇ ਕੱਲ੍ਹ ਸੀ, ਅੱਜ 9-10 ਜਾਣੇ ਅੱਜ ਆ, ਕੋਈ ਥੋੜ੍ਹਿਆਂ ਨੂੰ ਕੰਮ ਪੈ ਗਿਆ, ਥੋੜ੍ਹੇ ਥੋੜ੍ਹੀ ਟਾਈਮ ਬਾਅਦ ਆਉਣਗੇ। ਕਿੰਨਾ ਕੁ ਹੋ ਗਿਆ ਮਤਲਬ ਸਹੀ ਰਸਤਾ ਲੰਘਣ ਜੋਗਾ ਹੋ ਗਿਆ? ਲੰਘਣ ਜੋਗਾ ਭਾਜੀ ਹੋ ਗਿਆ, ਬਸ ਕੋਈ 2 ਘੰਟੇ ਹੋਰ ਲੱਗਣੇ ਆ, ਅਤੇ ਬੰਨ ਵੀ ਬੰਨਿਆ ਜਾਣਾ ਵਾ ਪਾਣੀ ਦਾ, ਜੋ ਓਵਰਫਲੋ ਪਾਣੀ ਜੋ ਕੱਚੇ ਪੇ 'ਤੇ ਆ ਜਾਂਦਾ। ਭਾਜੀ ਕੀ ਨਾਂ ਆ ਆਪਣਾ? ਭਾਜੀ ਮੇਰਾ ਨਾਂ ਜਸ਼ਮਨਦੀਪ ਸਿੰਘ ਆ। ਕਿਹੜਾ ਪਿੰਡ? ਪਿੰਡ ਸਾਡਾ ਗੰਜਾ ਹੈ। ਇੱਥੇ ਕੀ ਸੇਵਾ ਕਰ ਰਹੇ ਹੋ? ਭਾਜੀ ਆਹ ਪਰਸੋਂ ਬਖਸ਼ਿਆਂ ਦਾ ਜਾਂਦੇ ਨਾ, ਸੋ ਸੰਗਤ ਨੂੰ ਕੋਈ ਤੰਗੀ ਨਾ ਹੋਵੇ ਇਸ ਰਸਤੇ 'ਚੋਂ। ਇਹ ਰਸਤਾ ਦੁਰੰਗਲਾ ਰੋਡ ਆ, ਪਿੰਡ ਸੱਦੀ ਨੇੜੇ ਪੁਲੀ ਟੁੱਟੀ ਹੋਈ ਆ, ਕੁਝ ਕੁ ਮਹੀਨਿਆਂ ਤੋਂ ਕੰਮ ਚੱਲ ਰਿਹਾ, ਪਰ ਇੱਥੇ ਨਹੀਂ ਗੱਲ ਬਣ ਰਹੀ ਮੀਂਹ ਕਰਕੇ, ਇੱਥੇ ਕੰਮ ਰੁਕ ਜਾਂਦਾ। ਸੋ ਪਿੰਡ ਗੰਜੇ ਨੌਜਵਾਨਾਂ ਵੱਲੋਂ ਇੱਥੇ ਰਲ ਮਿਲ ਕੇ ਕੱਲ੍ਹ ਦੀ ਪੁਲੀ ਬਣਾ ਰਹੇ ਹਾਂ, ਜਿੰਨਾ ਸਾਡੇ ਕੋਲ ਹੋਵੇਗਾ ਅਸੀਂ ਕਰ ਰਹੇ ਹਾਂ। ਹੋਰ ਜੇ ਕੋਈ ਵੀਰ ਭਰਾ ਸੇਵਾ ਕਰਨਾ ਚਾਹੁੰਦਾ ਤਾਂ ਅਸੀਂ ਧੰਨਵਾਦੀ ਹੋਵਾਂਗੇ। ਕੀ ਸਮੱਸਿਆ ਕੀ ਆ ਰਹੀ ਹੈ ਇੱਥੇ ਪੁਲੀ ਵਿੱਚ ਸੰਗਤ ਨੂੰ? ਕੀ ਸਮੱਸਿਆ ਆ ਰਹੀ ਹੈ? ਭਈਆ ਜਦੋਂ ਪਾਣੀ ਆਉਂਦਾ ਮਿੱਟੀ ਕਰਕੇ ਗਾਲਾ ਹੋ ਜਾਂਦਾ, ਅਤੇ ਸਲਿਪ ਹੁੰਦਾ, ਫਿਰ ਕਿਤੇ ਸੱਟਾਂ ਪਿੱਟਣ ਲੱਗਦੀਆਂ ਨੇ। ਇਸ ਕਰਕੇ ਆਪਾਂ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਆਪਾਂ ਇਸ ਕਰਕੇ ਇੱਥੇ ਕੰਮ ਕਰ ਰਹੇ ਹਾਂ, ਤਾਂ ਜੋ ਸੰਗਤ ਮੱਥਾ ਟੇਕਣ ਜਾਏ ਅਤੇ ਰਸਤੇ 'ਤੇ ਅਸੀਂ ਵਾਪਸ ਆਏ। ਜਦੋਂ ਇੱਥੇ ਗਾਰਾ ਬਣਦਾ ਫਿਰ ਦਿੱਕਤ ਆਉਂਦੀ ਆ ਕੋਈ ਬੱਚੇ ਆਉਣਾ ਜਿਹੜੇ ਆਉਂਦੇ ਜਾਂ ਬਜ਼ੁਰਗ ਜਿਹੜੇ ਲੰਘਦੇ ਆ? ਹਾਂਜੀ, ਬਜ਼ੁਰਗ ਅਤੇ ਬੱਚਾ ਜਾਂ ਕੋਈ ਨਹੀਂ ਸਾਂਭ ਜਾਂਦੇ, ਉਹ ਫਿਰ ਸਾਨੂੰ ਆਵਾਜ਼ ਲਗਾਉਂਦੇ ਆ ਵੀ ਸਾਡੀ ਸਕੂਟਰੀ ਮੋਟਰਸਾਈਕਲ ਲੰਘਾ ਦਿਓ, ਫਿਰ ਸਾਡੇ ਜਿਹੜੇ ਵੀਰ ਆ ਉਹਨਾਂ ਦੀ ਮਦਦ ਕਰਕੇ ਲੰਘਾਉਂਦੇ ਆ, ਅਤੇ ਇਹ ਬਹੁਤ ਸ਼ਾਬਾਸ਼ੀ ਦੀ ਗੱਲ ਹੈ। ਕਿੰਨੇ ਕੁ ਨੌਜਵਾਨ ਆਏ ਹਨ? ਅਸੀਂ 8-9 ਹੈਗੇ ਹਾਂ, ਕੱਲ੍ਹ 2-3 ਜਾਣੇ ਹੋਰ ਸੀ, ਉਹਨਾਂ ਨੂੰ ਅੱਜ ਕੰਮ ਹੈ, ਉਹ ਅੱਜ ਨਹੀਂ ਆ ਪਾਏ। ਕੀ ਕਿਵੇਂ ਫਿਰ ਕਿਵੇਂ ਰਿਪੇਅਰੀਆਂ, ਕਿਵੇਂ ਮਿੱਟੀ ਪਾਈ ਜਾ ਰਹੀ ਹੈ? ਅਸੀਂ ਵੀਰ ਜੀ ਇੱਥੋਂ ਲਾਗੂ ਮਿੱਟੀ ਭਰ ਰਹੇ ਹਾਂ, ਇਹਨਾਂ ਬੋਰੀਆਂ ਵੀਰਾਂ ਦੀ ਸੇਵਾ ਦੇ ਨਾਲ ਭਰ ਕੇ ਆਪਾਂ ਉੱਥੇ ਰੱਖ ਰਹੇ ਹਾਂ, ਤਾਂ ਜੋ ਪਾਣੀ ਛਿੜਕ ਦੇ ਨਾਲ ਜਿਹੜੇ ਅਸੀਂ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਕਿੰਨੇ ਦਿਨ ਹੋ ਗਏ ਸੇਵਾ ਕਰਦੇ? ਅਸੀਂ ਕੱਲ੍ਹ ਹੀ ਵੀਰ ਸ਼ੁਰੂ ਕੀਤੀ ਸੀ। ਅੱਜ ਕਿਦੋਂ ਦੇ ਲੱਗੇ ਸੇਵਾ? ਅੱਜ ਆਪਾਂ 10 ਵਜੇ ਆਏ ਹਾਂ, ਹੁਣ ਸ਼ਾਇਦ 2 ਵਜੇ ਨਾਲੇ ਆ, ਸੋ ਸ਼ਾਮ ਤੱਕ ਕਰਕੇ ਜਾਵਾਂਗੇ।